ਸਿੱਖਿਆ ਮੰਤਰੀ ਹਰਜੋਤ ਸਿੰਘ ਦਾ ਅਚਨਚੇਤ ਸਕੂਲ ਢੇਰ ਜ਼ਿਲ੍ਹਾ ਰੋਪੜ 'ਚ ਛਾਪਾ। ਸ਼ਰਾਬ ਪੀ ਕੇ ਸਕੂਲ ਆਉਂਦੇ ਪ੍ਰਿੰਸੀਪਲ ਨੂੰ ਮੌਕੇ ਉੱਪਰ ਕੀਤਾ ਮੁਅੱਤਲ। ਸਕੂਲੀ ਬੱਚਿਆਂ ਨੇ ਲਿਖਤੀ ਤੌਰ 'ਤੇ ਪਾਈ ਸੀ ਸ਼ਿਕਾਇਤ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪ੍ਰਿੰਸੀਪਲ ਦੀ ਸ਼ਰਾਬ ਨੂੰ ਲੈ ਕੇ ਸਕੂਲ ਦੇ ਸਟਾਫ ਦੀ ਲਾਈ ਕਲਾਸ। ਜ਼ਿਲ੍ਹਾ ਰੋਪੜ ਦੇ ਪਿੰਡ ਢੇਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅਚਨਚੇ ਛਾਪਾ ਮਾਰਿਆ ਗਿਆ ਅਤੇ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੂੰ ਸ਼ਰਾਬੀ ਹਾਲ 'ਚ ਪਾਇਆ ਗਿਆ ਅਤੇ ਮੌਕੇ ਉੱਪਰ ਹੀ ਉਸ ਨੂੰ ਮੁਅੱਤਲ ਦੇ ਹੁਕਮ ਦਿੱਤੇ ਗਏ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਪਣੇ ਸੋਸ਼ਲ ਪੇਜ ਉੱਪਰ ਪਾਈ ਗਈ ਵੀਡੀਓ 'ਚ ਉਹਨਾਂ ਦੱਸਿਆ ਕਿ ਸਕੂਲੀ ਬੱਚਿਆਂ ਵੱਲੋਂ ਕੁਝ ਦਿਨ ਪਹਿਲਾਂ ਉਹਨਾਂ ਨੂੰ ਸ਼ਿਕਾਇਤ ਭੇਜੀ ਸੀ ਕਿ ਉਹਨਾਂ ਦੇ ਸਕੂਲ ਦਾ ਪ੍ਰਿੰਸੀਪਲ ਸ਼ਰਾਬ ਪੀ ਕੇ ਸਕੂਲ ਦਾ ਮਾਹੌਲ ਵਿਗਾੜ ਰਿਹਾ, ਜਿਸ ਦੇ ਤਹਿਤ ਉਹਨਾਂ ਵੱਲੋਂ ਅੱਜ ਸਕੂਲ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਹਨਾਂ ਨੇ ਸਕੂਲ ਸਟਾਫ ਨੂੰ ਵੀ ਉਹਨਾਂ ਦੇ ਬਣਦੇ ਫਰਜ਼ਾਂ ਨੂੰ ਦੱਸਿਆ। ਦਿਖਾਉਂਦੇ ਹਾਂ ਤੁਹਾਨੂੰ ਕਿਸ ਤਰ੍ਹਾਂ ਹਰਜੋਤ ਸਿੰਘ ਬੈਂਸ ਨੇ ਸਕੂਲ ਸਟਾਫ ਦੀ ਲਗਾਈ ਕਲਾਸ। ਕਿੰਨਾ ਸਟਾਫ ਹੈ ਜੀ ਇੱਥੇ? ਹਾਂ, 6 ਲੈਕਚਰਰ ਸੀਨੀਅਰ ਮੋਸਟ ਜਿਹੜੇ ਹੋ ਗਏ ਹੈ ਨਾ, 6 ਹੋਰ ਬੋਲੋ, 6 ਲੈਕਚਰਰ। ਮਾਸਟਰ ਕੈਡਰ ਕਿੰਨਾ ਹੈ ਜੀ? ਕਿੰਨੇ ਹੈ ਜੀ ਟੋਟਲ? ਕਿੰਨੇ 20 ਜਾਣੇ ਤੁਹਾਡੇ ਕੋਲ? 22 ਜਾਣੇ ਆ ਟੋਟਲ। ਕੀ 22 ਜਾਣਿਆਂ ਦਾ ਕੋਈ ਫਰਜ਼ ਨਹੀਂ ਜੀ? ਕਦੀ ਸਾਨੂੰ ਪਤਾ ਹੋਵੇ ਕਿ ਤੁਹਾਡਾ ਪ੍ਰਿੰਸੀਪਲ ਸ਼ਰਾਬ ਪੀ ਕੇ ਆਉਂਦਾ, ਕੋਈ ਕੰਪਲੇਂਟ, ਕੋਈ ਕੁਛ? ਤੁਹਾਡੀ ਕੋਈ ਬੱਚਿਆਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ? ਕੁੜੀਆਂ ਦਾ ਸਕੂਲ ਹੈ, ਜਦੋਂ ਮੈਂ ਪੁੱਛਦਾ ਤਾਂ ਕਹਿੰਦੇ ਜੀ ਨਹੀਂ। ਬੱਚਿਆਂ ਨੇ ਜਦੋਂ ਮੈਂ ਪੁੱਛਿਆ ਉਹ ਕਹਿੰਦੇ ਹਾਂਜੀ ਜੀ। ਉਸ ਵਕਤ ਤੁਸੀਂ ਡਿਫੈਂਡ ਕਰਦੇ ਹੋ, ਇਹਦਾ ਮਤਲਬ ਤੁਸੀਂ ਪਾਰਟ ਐਂਡ ਪਾਰਸਲ ਹੋ? ਦੱਸੋ ਜੀ। ਸਰ ਸਕੂਲ 'ਚ ਇਹਨਾਂ ਨੂੰ ਪਹਿਲੇ ਮੈਂ ਪਿਛਲੇ ਸਾਲ ਆਇਆ ਸਕੂਲ 'ਚ, ਨਹੀਂ ਤੁਸੀਂ ਕੰਪਲੇਂਟ ਕੀਤੀ ਜੀ? ਤੁਸੀਂ ਆਪ ਮੰਨਿਆ ਜੀ? ਪੀਕੇ ਛੁੱਟੀ ਲੈ ਲਈ, ਪੀਕੇ ਛੁੱਟੀ ਲੈ ਲਈ ਨਾ ਫਿਰ ਸਾਨੂੰ ਯਾਰ, ਜਦੋਂ ਸਾਰੇ ਲੋਕਾਂ ਨੇ ਬੱਚਿਆਂ ਨੇ ਦੱਸਿਆ, ਪੀਕੇ ਛੁੱਟੀ ਲਈ? ਤੁਸੀਂ ਹੁਣੀ ਮੰਨਿਆ ਕਿ ਮੈਂ ਜੀ ਇੱਥੇ ਕਦੀ ਬੀਅਰ ਪੀ ਲਈ ਜੀ, ਕਦੀ ਇਹ ਪੀ ਲਿਆ। ਮਜ਼ਾਕ ਬਣਾ ਰੱਖਿਆ ਤੁਹਾਨੂੰ ਜੀ? ਦੋ ਇੰਟਰੈਕਟਿਵ ਪੈਨਲ ਭੇਜੇ, ਕਿਉਂ ਨਹੀਂ ਚੱਲਦੇ? ਕੰਪਿਊਟਰ ਦਾ ਜੀ ਮੈਂ ਕਿਹਾ ਜੀ, ਜਦੋਂ ਬੱਚਿਆਂ ਨੂੰ ਪੁੱਛਿਆ ਉਹਨੇ ਦੱਸਿਆ, ਕੀ ਮਜ਼ਾਕ ਬਣਾ ਰੱਖਿਆ ਜੀ? ਮੈਮ ਦੱਸੋ, ਤੁਸੀਂ ਕਿਸੇ ਨੇ ਕਿਉਂ ਨਹੀਂ ਕੰਪਲੇਂਟ ਕੀਤੀ ਜੀ? ਤੁਹਾਨੂੰ ਪਤਾ ਨਹੀਂ ਲੱਗਦਾ ਜੀ ਤੁਹਾਡੇ ਸਾਹਮਣੇ? ਮੈਮ ਤੁਹਾਨੂੰ ਕਿੰਨਾ ਚਿਰ ਹੋ ਗਿਆ ਖੜੇ ਹੋ ਤੁਸੀਂ? ਕੀ ਨਾਮ ਹੈ ਤੁਹਾਡਾ? ਨਵਰੀਤ ਜੀ, ਕਿੱਥੋਂ ਤੁਸੀਂ? ਤੁਸੀਂ ਯੰਗ ਟੀਚਰ, ਤੁਹਾਡਾ ਫਰਜ਼ ਨਹੀਂ ਬਣਦਾ ਸੀ ਕਿ ਸਕੂਲ 'ਚ ਚੱਲ ਰਿਹਾ? ਦੇਖੋ ਅਸੀਂ ਦਿਨ ਰਾਤ ਮਿਹਨਤ ਕਰਦੇ ਹਾਂ ਕਿ ਕਿਸੇ ਤਰੀਕੇ ਨਾਲ ਲੱਗੇ ਰਹੀਏ ਕਿਸੇ ਕੋਲ ਇੱਦਾਂ ਦੀ ਅੱਜ। ਚਲੋ ਇਹ ਤਾਂ ਮੈਂ, ਜੇ ਕੋਈ ਹੋਰ ਕਰਦਾ ਉਹਨੇ 1 ਮਿੰਟ 'ਤੇ ਸਾਰੇ ਸਕੂਲਾਂ 'ਤੇ ਵਿਸ਼ਵਾਸ ਟੁੱਟ ਜਾਣਾ। ਕਿੰਨੇ ਟੀਚਰਸ ਮਿਹਨਤ ਕਰਦੇ ਨੇ, ਕਿੰਨੇ ਕਿੱਦਾਂ ਆਪਾਂ ਇਸ ਮਹਿਕਮੇ ਨੂੰ ਖੜਾ ਕਰ, ਸਿਰਫ ਕੁਛ ਬੰਦਿਆਂ ਕਰਕੇ ਬਦਨਾਮੀ ਮੀਡੀਆ ਨੇ ਇਹ ਖਬਰ ਚਲਾਉਣੀ ਕਿ ਆਹ ਹੋਇਆ ਜੀ। ਕਿਸੇ ਨੇ ਇਹ ਨਹੀਂ ਦੇਖਣਾ ਕਿ ਸਿਰਫ ਇੱਕ ਬੰਦੇ ਦੀ ਗਲਤੀ ਹੈ, ਤੁਹਾਡੇ ਸਾਰਿਆਂ ਦੀ ਮਿਹਨਤ 'ਤੇ ਵੀ 5 ਰਾਤ ਮਿਹਨਤ ਕਰਦੇ ਹੋ ਬੱਚਿਆਂ ਨੂੰ, ਕਿੰਨੇ ਇੱਥੇ ਐਡਮਿਸ਼ਨ ਲੈਣੀ ਜੀ? ਜੀ ਸਸਪੈਂਡ ਕਰ ਰਹੇ ਮੈਮ, ਤੁਹਾਨੂੰ ਵੀ ਨਾਲ ਸਸਪੈਂਡ ਕਰ ਰਹੇ ਮੈਮ। ਤੁਸੀਂ ਮੈਨੂੰ, ਤੁਸੀਂ ਕਹਿ ਸਕਦੇ, ਤੁਸੀਂ ਇਹ ਕਹਿ ਸਕਦੇ ਸੀ ਮੈਨੂੰ ਪਤਾ ਨਹੀਂ ਜੀ, ਤੁਸੀਂ ਕਿਹਾ ਜੀ ਹਾਂ, ਤੁਸੀਂ ਇਹ ਕਹਿ ਸਕਦੇ ਸੀ ਮੈਨੂੰ ਪਤਾ ਨਹੀਂ ਜੀ। ਸੁਣ ਲਓ ਮੇਰੀ, ਬਸ ਠੀਕ ਹੈ, ਬਾਕੀਆਂ ਨੂੰ ਸ਼ੋਕਸ ਨੋਟਿਸ ਹੈ ਤੇ ਅੱਜ ਤੋਂ ਬਾਅਦ ਇਸ ਸਕੂਲ ਨੂੰ ਜਾਣੀ ਇਹ ਚਮਕਾਉਣਾ ਜੀ, 1 ਕਰੋੜ ਰੁਪਏ ਦੀ ਗ੍ਰਾਂਟ ਇਸ ਸਕੂਲ ਨੂੰ ਦਿੰਦੇ ਆ। ਮੈਂ ਤੁਹਾਡੀ, ਦੇਖੋ ਜੀ ਤੁਸੀਂ ਤੁਹਾਡੀ ਸਾਰਿਆਂ ਦੀ, ਪਰ ਗੱਲ ਇਹ ਹੈ ਕਿ ਸਿਰਫ ਇੱਕ ਬੰਦੇ ਦੀ ਗਲਤੀ ਕਰਕੇ ਬਦਨਾਮੀ ਸਾਰੇ ਮਹਿਕਮੇ ਦੀ ਹੁੰਦੀ ਹੈ।